ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਮੇਰੇ ਚੈਨਲ ਸਵੈਗੀ ਮੰਡੀਰ 'ਤੇ। ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਅਤੇ ਅੱਜ ਅਸੀਂ ਗੱਲ ਕਰਾਂਗੇ ਜੀ ਸ਼ੂਟਰ ਮੂਵੀ ਦੇ ਮੇਨ ਐਕਟਰ ਬਾਰੇ, ਜਿਸਦਾ ਨਾਮ ਹੈ ਜੀ ਵਿਚ ਰੰਧਾਵਾ। ਉਹਨਾਂ ਦੀ ਲਾਈਫ ਸਟਾਈਲ ਬਾਰੇ ਅਤੇ ਉਹਨਾਂ ਦੀ ਫੈਮਿਲੀ 'ਚ ਕੌਣ ਕੌਣ ਹੈ ਪੂਰੀ ਜਾਣਕਾਰੀ ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸਣ ਜਾ ਰਿਹਾ। ਜੇਕਰ ਤੁਸੀਂ ਵਿਚ ਰੰਧਾਵਾ ਜੀ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਜੀ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਚ ਰੰਧਾਵਾ ਜੀ ਦੇ ਫੁੱਲ ਨੇਮ ਬਾਰੇ। ਇਹਨਾਂ ਦਾ ਫੁੱਲ ਨੇਮ ਵਿਕਰਮਜੀਤ ਸਿੰਘ ਰੰਧਾਵਾ ਅਤੇ ਨਿੱਕ ਨੇਮ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜ਼ਿਆਦਾਤਰ ਲੋਕ ਵਿਚ ਰੰਧਾਵਾ ਕਹਿ ਕੇ ਬੁਲਾਉਂਦੇ ਹਨ। ਅਤੇ ਇਹਨਾਂ ਦਾ ਜਨਮ ਕਪੂਰਥਲਾ ਪੰਜਾਬ ਵਿੱਚ ਹੋਇਆ ਅਤੇ ਡੇਟ ਆਫ ਬਰਥ ਦੀ ਗੱਲ ਕਰੀਏ ਤਾਂ 8 ਜਨਵਰੀ 1991 ਵਿੱਚ ਇਹਨਾਂ ਦਾ ਜਨਮ ਕਪੂਰਥਲਾ ਵਿੱਚ ਹੀ ਹੋਇਆ ਸੀ ਅਤੇ ਇਹਨਾਂ ਦੀ ਏਜ 27 ਸਾਲ ਦੀ ਹੈ ਜੀ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਇਹਨਾਂ ਦੇ ਪ੍ਰੋਫੈਸ਼ਨ ਬਾਰੇ। ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਸਟਾਰਟਿੰਗ 'ਚ ਇਹਨਾਂ ਨੇ ਇੰਟਰਵਿਊ ਲੈਣੇ ਸਟਾਰਟ ਕੀਤੇ ਸੀ ਜੀ, ਕਿ ਐਂਕਰ ਦਾ ਕੰਮ ਇਹ ਕਰਦੇ ਸੀ, ਪਰ ਬਾਅਦ ਵਿੱਚ ਇਹ ਮਾਡਲਿੰਗ ਅਤੇ ਸਿੰਗਿੰਗ ਵੀ ਕਰਨੀ ਸਟਾਰਟ ਕਰ ਦਿੱਤੀ। ਜੇਕਰ ਅਸੀਂ ਗੱਲ ਕਰੀਏ ਵਿਚ ਰੰਧਾਵਾ ਜੀ ਦੇ ਪਹਿਲੇ ਸੌਂਗ ਬਾਰੇ, ਇਹਨਾਂ ਦਾ ਪਹਿਲਾ ਸੌਂਗ ਜੀ ਢੀਠ ਗੱਭਰੂ ਸੀ ਅਤੇ ਨਾਲ ਹੀ ਇਹਨਾਂ ਨੇ ਇੱਕ ਫਿਲਮ 'ਚ ਵੀ ਕੰਮ ਕੀਤਾ ਸੀ ਜੀ, ਜਿਸਦਾ ਨਾਮ ਸੀ ਜੀ ਬੁਰਰਾ। 2012 ਵਿੱਚ ਇਸ ਮੂਵੀ ਵਿੱਚ ਇਹਨਾਂ ਨੇ ਕੰਮ ਕੀਤਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਚ ਰੰਧਾਵਾ ਦੇ ਫਿਜ਼ੀਕਲ ਸਟੇਟਸ ਬਾਰੇ। ਹਾਈਟ ਦੀ ਗੱਲ ਕਰੀਏ ਤਾਂ 5 ਫੁੱਟ 8 ਇੰਚ ਇਹਨਾਂ ਦੀ ਹਾਈਟ ਹੈ ਅਤੇ 70 ਕਿਲੋਗ੍ਰਾਮ ਦੇ ਕਰੀਬ ਇਹਨਾਂ ਦਾ ਵੇਟ ਹੈ ਜੀ। ਅਤੇ ਇਹਨਾਂ ਦੀ ਆਈਜ਼ ਦਾ ਕਲਰ ਡਾਰਕ ਬਰਾਊਨ ਹੈ ਅਤੇ ਹੇਅਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਹੇਅਰ ਦਾ ਕਲਰ ਬਲੈਕ ਹੈ ਜੀ। ਜੇਕਰ ਅਸੀਂ ਗੱਲ ਕਰੀਏ ਵਿਚ ਰੰਧਾਵਾ ਜੀ ਦੇ ਐਜੂਕੇਸ਼ਨ ਬਾਰੇ, ਤਾਂ ਉਹਨਾਂ ਨੇ ਆਪਣੀ ਸਕੂਲਿੰਗ ਦੀ ਪੜ੍ਹਾਈ ਤਾਂ ਕਪੂਰਥਲਾ ਤੋਂ ਹੀ ਪ੍ਰਾਪਤ ਕੀਤੀ ਸੀ ਜੀ, ਇੱਕ ਪ੍ਰਾਈਵੇਟ ਸਕੂਲ ਤੋਂ। ਉਸ ਤੋਂ ਬਾਅਦ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਚ ਰੰਧਾਵਾ ਦੇ ਕਾਲਜ ਬਾਰੇ। ਉਹਨਾਂ ਨੇ ਲਕਸ਼ਮੀ ਬਾਈ ਇੰਸਟੀਟਿਊਟ ਆਫ ਡੈਂਟਲ ਪਟਿਆਲਾ ਤੋਂ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਚ ਰੰਧਾਵਾ ਜੀ ਚੰਡੀਗੜ੍ਹ ਆ ਗਏ। ਉਹਨਾਂ ਨੇ 2 ਸਾਲ ਪੂਰੀ ਮਿਹਨਤ ਕੀਤੀ, ਉਹਨਾਂ ਨੇ ਐਂਕਰ ਦਾ ਕੰਮ ਕੀਤਾ ਜੀ, ਫਿਰ ਉਹ ਇੰਟਰਵਿਊ ਲੈਣ ਲੱਗ ਗਏ ਜੀ ਵੱਡੇ ਵੱਡੇ ਸਟਾਰਾਂ ਦੇ। ਇਸ ਤਰ੍ਹਾਂ ਇਹ ਹੌਲੀ ਹੌਲੀ ਕਰਕੇ ਮਸ਼ਹੂਰ ਹੋ ਗਏ ਅਤੇ ਇਸ ਤਰ੍ਹਾਂ ਉਹਨਾਂ ਨੇ ਇੱਕ ਗਾਣਾ ਵੀ ਕੱਢਿਆ ਜਿਸਦਾ ਨਾਮ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਢੀਠ ਗੱਭਰੂ, ਅਤੇ ਫਿਲਮ 'ਚ ਵੀ ਕੰਮ। ਇਸ ਤਰ੍ਹਾਂ ਇਹਨਾਂ ਨੂੰ ਲੋਕ ਬਹੁਤ ਜ਼ਿਆਦਾ ਜਾਣਨ ਲੱਗੇ ਅਤੇ ਇਹ ਫੇਮਸ ਹੋਣ ਲੱਗੇ। ਇਸ ਤਰ੍ਹਾਂ ਉਹ ਬੈਕ ਟੂ ਬੈਕ ਨਵੇਂ ਤੋਂ ਨਵੇਂ ਗਾਣਾ ਕੱਢਣ ਲੱਗੇ ਸੀ ਜਿਹੜੇ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਣੇ ਸੀ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਚ ਰੰਧਾਵਾ ਜੀ ਦੀ ਫੈਮਿਲੀ ਬਾਰੇ। ਵਿਚ ਰੰਧਾਵਾ ਜੀ ਦੀ ਫੈਮਿਲੀ ਵਿੱਚ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਨਾਲ ਉਹਨਾਂ ਦਾ ਬ੍ਰਦਰ ਵੀ ਹੈ ਜੀ। ਪੂਰੀ ਜਾਣਕਾਰੀ ਇਹਨਾਂ ਬਾਰੇ ਮੈਨੂੰ ਪਤਾ ਨਹੀਂ ਲੱਗੀ ਜੀ, ਜੇਕਰ ਤੁਸੀਂ ਇਹਨਾਂ ਬਾਰੇ ਕੁਝ ਜਾਣਦੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਅਸੀਂ ਗੱਲ ਕਰੀਏ ਵਿਚ ਰੰਧਾਵਾ ਜੀ ਦੇ ਮੈਰੀਟਲ ਸਟੇਟਸ ਅਤੇ ਗਰਲਫ੍ਰੈਂਡ ਬਾਰੇ, ਤਾਂ ਉਹਨਾਂ ਦੀ ਹਲੇ ਤੱਕ ਕੋਈ ਵੀ ਗਰਲਫ੍ਰੈਂਡ ਨਹੀਂ ਅਤੇ ਹਜੇ ਉਹਨਾਂ ਦਾ ਵਿਆਹ ਵੀ ਨਹੀਂ ਹੋਇਆ ਜੀ, ਉਹ ਅਨਮੈਰਿਡ ਨੇ। ਹੁਣ ਆਪਾਂ ਗੱਲ ਕਰਾਂਗੇ ਕਿ ਵਿਚ ਰੰਧਾਵਾ ਜੀ ਨੂੰ ਕੀ ਕਰਨਾ ਜ਼ਿਆਦਾ ਪਸੰਦ ਹੈ ਜੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਫੇਵਰੇਟ ਕਲਰ ਬਾਰੇ। ਫੇਵਰੇਟ ਕਲਰ ਉਹਨਾਂ ਬਲੈਕ ਕਲਰ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ। ਉਸ ਤੋਂ ਬਾਅਦ ਅਸੀਂ ਉਸਦੇ ਫੇਵਰੇਟ ਐਕਟਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਲਮਾਨ ਖਾਨ ਅਤੇ ਦੀਪਿਕਾ ਪਾਦੂਕੋਣ ਨੂੰ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਸਪੋਰਟਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕ੍ਰਿਕਟ ਦੇ ਨਾਲ ਨਾਲ ਫੁੱਟਬਾਲ ਖੇਡਣਾ ਵੀ ਬਹੁਤ ਜ਼ਿਆਦਾ ਪਸੰਦ ਹੈ ਜੀ। ਜੇਕਰ ਅਸੀਂ ਗੱਲ ਕਰੀਏ ਵਿਚ ਰੰਧਾਵਾ ਜੀ ਦੇ ਕਰੀਅਰ ਬਾਰੇ, 2010 ਵਿੱਚ MTV 'ਤੇ ਇੱਕ ਸਟੰਟ ਮੇਨੀਆ ਨਾਮ ਦਾ ਸ਼ੋਅ ਚੱਲਦਾ ਸੀ ਜੀ, ਉਸ ਵਿੱਚ ਹਿੱਸਾ ਲਿਆ ਸੀ ਜੀ। ਵਿਚ ਰੰਧਾਵਾ ਨੇ ਬਾਈਕ ਦੇ ਸਟੰਟ ਉਹ ਕਰਦੇ ਸੀ ਜਿਸ ਵਿੱਚ ਉਹਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਜੀ। ਅਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਚ ਰੰਧਾਵਾ ਜੀ ਦੇ ਸੋਸ਼ਲ ਮੀਡੀਆ ਅਕਾਊਂਟ ਬਾਰੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਚ ਰੰਧਾਵਾ ਜੀ ਦੇ ਇੰਸਟਾਗ੍ਰਾਮ ਫੋਲੋਵਰਸ ਬਾਰੇ। ਉਹਨਾਂ ਦੇ 1.1 ਮਿਲੀਅਨ ਦੇ ਕਰੀਬ ਇੰਸਟਾਗ੍ਰਾਮ 'ਤੇ ਫੋਲੋਵਰਸ ਨੇ। ਟਿਕਟੋਕ ਦੇ ਗੱਲ ਕਰੀਏ ਤਾਂ 1.8 ਮਿਲੀਅਨ ਦੇ ਕਰੀਬ ਉਹਨਾਂ ਦੇ ਟਿਕਟੋਕ ਫੋਲੋਵਰਸ ਨੇ। ਅਤੇ ਨਾਲ ਹੀ ਵਿਚ ਰੰਧਾਵਾ ਜੀ ਦਾ ਇੱਕ ਯੂਟਿਊਬ ਚੈਨਲ ਵੀ ਹੈ ਜੀ, ਜਿਸ 'ਤੇ 47,000 ਤੋਂ ਵੱਧ ਸਬਸਕ੍ਰਾਈਬਰ ਨੇ ਜੀ। ਜੇ ਰੰਧਾਵਾ ਦੇ ਨਾਮ 'ਤੇ ਉਹਨਾਂ ਦਾ ਯੂਟਿਊਬ ਚੈਨਲ ਹੈ, ਉਹ ਆਪਣੀ ਲਾਈਫ ਸਟਾਈਲ ਦੀਆਂ ਵੀਡੀਓਜ਼ 'ਤੇ ਪਾਉਂਦੇ ਨੇ ਜੀ। ਜੇਕਰ ਅਸੀਂ ਗੱਲ ਕਰੀਏ ਵਿਚ ਰੰਧਾਵਾ ਦੀ ਹੋਬੀਜ਼ ਬਾਰੇ, ਤਾਂ ਉਹਨਾਂ ਨੂੰ ਟਰੈਵਲਿੰਗ ਕਰਨਾ, ਐਕਟਿੰਗ ਕਰਨਾ ਅਤੇ ਐਕਟਿੰਗ ਦੇ ਨਾਲ ਨਾਲ ਵਧੀਆ ਵਧੀਆ ਟਿਕਟੋਕ ਵੀਡੀਓ ਬਣਾਉਣਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। ਜੇਕਰ ਅਸੀਂ ਗੱਲ ਕਰੀਏ ਵਿਚ ਰੰਧਾਵਾ ਜੀ ਨਵੀਂ ਫਿਲਮ ਬਾਰੇ, ਸ਼ੂਟਰ ਨਾਮ ਦੀ ਫਿਲਮ ਉਹਨਾਂ ਦੀ 21 ਫਰਵਰੀ ਨੂੰ ਆਉਣ ਵਾਲੀ ਹੈ। ਸੋਡਾ ਇਹਨਾਂ ਬਾਰੇ ਕੀ ਕਹਿਣਾ, ਆਪਣੀ ਰਾਏ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ। ਜੇਕਰ ਤੁਸੀਂ ਵਿਚ ਰੰਧਾਵਾ ਜੀ ਦੇ ਫੈਨ ਹੋ, ਜੇਕਰ ਤੁਸੀਂ ਉਹਨਾਂ ਨੂੰ ਲਾਈਕ ਕਰਦੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਮੈਂ ਇਸ ਤਰ੍ਹਾਂ ਦੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹਿੰਦਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਤੇ। ਧੰਨਵਾਦ। ਜੈ ਹਿੰਦ।